NRI TV ਦੇਖ ਰਹੇ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਮਿੱਠਾਪੁਰ ਹਾਕੀ ਸਟੇਡੀਅਮ ਗਰਾਊਂਡ ਦੇ ਵਿੱਚ, ਜਿੱਥੇ ਕਿ ਯੂਥ ਕਲੱਬ ਦੇ ਵੱਲੋਂ 47ਵਾਂ ਹਾਕੀ ਟੂਰਨਾਮੈਂਟ ਕਰਵਾਇਆ ਜਾ ਰਿਹਾ। ਪਿਛਲੇ ਕਾਫੀ ਦਿਨਾਂ ਤੋਂ ਅਸੀਂ 2-3 ਦਿਨ ਤੋਂ ਦੇਖ ਰਹੇ ਹਾਂ ਕਿ DCP ਸਾਹਿਬ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ। DCP ਸਾਹਿਬ ਕੀ ਕਹਿਣਾ ਤੁਹਾਡਾ ਕਿ ਇਹ ਜਿਹੜੇ ਕਿਸ ਪੱਧਰ 'ਤੇ ਲੈ ਕੇ ਜਾਣਾ ਚਾਹੁੰਦੇ ਤੁਸੀਂ ਖਿਡਾਰੀਆਂ? ਦੇਖੋ, ਸਭ ਤੋਂ ਪਹਿਲਾਂ ਮੈਂ NRI ਸਪੋਰਟਸ ਚੈਨਲ ਦਾ ਇਹ ਆਪਣੇ ਮਿੱਠਾਪੁਰ ਨਗਰ ਵੱਲੋਂ ਆਪਣੀ ਯੂਥ ਸਪੋਰਟਸ ਕਲੱਬ ਰਜਿਸਟਰ ਵੱਲੋਂ ਅਤੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਵੱਲੋਂ, ਇੱਕ ਵੈਲਫੇਅਰ ਕਮੇਟੀ ਵੱਲੋਂ ਵੀ ਸਾਰਿਆਂ ਵੱਲੋਂ ਇਸ ਚੈਨਲ ਨੂੰ ਜੀ ਆਇਆ ਕਹਿੰਦਾ ਅਤੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਡੇ ਇਸ ਟੂਰਨਾਮੈਂਟ ਨੂੰ ਹਾਈ ਲੈਵਲ 'ਤੇ ਇੱਕ ਲਾਈਵ ਟੈਲੀਕਾਸਟ ਕਰਨ ਜਾ ਰਹੇ ਹੋ ਸਾਰਾ ਵਰਲਡ, ਕਿਉਂਕਿ ਸਾਡੇ ਇਸ ਨਗਰ ਦੇ ਸਾਰੇ ਵਰਲਡ 'ਚ ਹੀ ਮਿੱਠਾਪੁਰੀਏ ਉੱਥੇ ਹੈਗੇ ਨੇ ਔਰ ਸਾਰਿਆਂ ਦਾ ਦਿਲ ਜਿਹੜਾ ਆ ਉਹ ਮਿੱਠਾਪੁਰ ਦੀ ਗਰਾਊਂਡ ਦੇ ਨਾਲ ਹੀ ਬੱਝਾ ਹੋਇਆ। ਕਾਫੀ NRI ਸਾਡੇ ਅੱਜ ਇੱਥੇ ਹਾਜ਼ਰ ਵੀ ਨੇ, ਪਰ ਕੁਛ ਮਜਬੂਰੀਆਂ ਕਰਕੇ ਜਿਹੜੇ ਨਹੀਂ ਆ ਸਕੇ, ਅਸੀਂ ਤੁਹਾਡੀ ਇੱਕ ਇਸ ਮਿਹਨਤ ਸਦਕਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਇਨਵੋਲਵ ਕਰ ਲਿਆ। ਉਹ ਸਾਰੇ ਹੀ ਮੈਨੂੰ ਭੁੱਗਾ ਭਾਅ ਜੀ ਕਹਿ ਰਹੇ ਸੀ ਕਿ ਉੱਥੇ ਸਾਡੇ ਬੰਦੇ ਮੈਚ ਦੇਖ ਰਹੇ ਆ, ਰਣਜੀਤ ਹੁਣੀ ਕਹਿ ਰਿਹਾ ਸੀ ਉਹਨਾਂ ਦੇ ਫੈਮਿਲੀ ਨੌਰਵੇ ਦੇਖ ਰਹੀ ਆ, ਸਾਰਿਆਂ ਨੂੰ ਦੇਖ ਰਿਹਾ। ਸੋ ਬਹੁਤ ਇੱਕ ਚੰਗਾ ਉਪਰਾਲਾ। ਬਾਕੀ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਕਿ ਸਾਡਾ ਇਹ 47ਵਾਂ ਟੂਰਨਾਮੈਂਟ ਹੈ, ਸਾਡੇ ਸਾਰੇ ਹੀ ਸਾਡੇ ਬਜ਼ੁਰਗ ਸਰਦਾਰ ਹਰਚਰਨ ਸਿੰਘ ਘੋਲੀ ਅੰਕਲ, ਸੁਰਿੰਦਰਪਾਲ ਸਿੰਘ ਘੁੱਗਾ ਜੀ, ਸਾਡੇ ਸਾਰੇ ਹੀ ਪੁਰਾਣੇ ਬੰਦੇ ਸਾਡੇ ਨਾਲ ਜੁੜੇ ਨੇ। ਸਾਡਾ ਇੱਕ ਬਹੁਤ ਵੱਡੀ ਇਸ ਖੁਸ਼ੀ ਆ ਕਿ ਇੱਥੇ ਕੋਈ ਆਪੂਤਾ ਨਹੀਂ, ਅਸੀਂ ਜੋ ਸ਼ੁਰੂ ਤੋਂ ਛੋਟੇ ਤੋਂ ਲੈ ਕੇ ਵੱਡੇ ਬਜ਼ੁਰਗ ਸਾਡੇ ਨਾਲ ਹੈ, ਉਹਨਾਂ ਦੀ ਆਸ਼ੀਰਵਾਦ ਹੈ। ਅਸੀਂ ਚਾਹਵਾਂਗੇ ਕਿ ਸਾਡਾ ਇਹ ਇੱਕ ਪਿੰਡ, ਇਸ ਧਰਤੀ ਨੇ ਬਹੁਤ ਜ਼ਿਆਦਾ ਓਲੰਪੀਅਨ ਪੈਦਾ ਕੀਤੇ ਆ, ਅਸੀਂ ਉਸ ਰੀਤ ਨੂੰ ਬਰਕਰਾਰ ਰੱਖਦੇ ਹੋਏ ਹੁਣ ਸਾਡੇ 4 ਲੜਕੇ, ਸਾਡਾ ਮਨਪ੍ਰੀਤ ਜਿਹੜਾ ਕਿ ਇੰਡੀਆ ਦਾ ਕਪਤਾਨ ਹੈ, ਸਰਦਾਰ ਪ੍ਰਗਟ ਸਿੰਘ ਪਦਮ ਸ਼੍ਰੀ ਉਹਨਾਂ ਨੇ ਵੀ ਇੰਡੀਆ ਦੀ ਕਪਤਾਨੀ ਕੀਤੀ ਹੈ, ਸਾਡੇ ਸਭ ਤੋਂ ਪਹਿਲਾਂ ਸਰਦਾਰ ਸਰੂਪ ਸਿੰਘ ਜਿਹੜੇ ਓਲੰਪੀਅਨ ਰਹੇ, ਉਸ ਬਾਅਦ ਸਰਦਾਰ ਕੁਲਵੰਤ ਸਿੰਘ ਰਹੇ, ਔਰ ਉਦੋਂ ਬਾਅਦ ਜਿਹੜੀ ਸੈਕਿੰਡ ਲਾਈਨ ਵਾਲੇ ਸਾਡੇ ਇੰਨੇ ਅੱਛੇ ਪਲੇਅਰ ਸੀ ਕਿ ਮੈਂ ਜੇ ਇੱਕ ਇੱਕ ਨਾਂ ਲਵਾਂ ਸਾਡੇ ਨਾਮ ਬਹੁਤ ਜ਼ਿਆਦਾ ਨੇ। ਜਿਵੇਂ ਮੈਂ ਦੱਸਿਆ ਕਿ ਸਰ ਹਰਚਰਨ ਸਿੰਘ ਘੋਲੀ ਸਾਡੇ ਕੋਲ ਹੀ ਖੜ੍ਹੇ, ਅੰਕਲ ਖੜ੍ਹੇ ਨੇ, ਮੈਂ ਚਾਹੁੰਦਾ ਕਿ ਇਹਨਾਂ ਦੇ ਸਾਰੇ ਮਿੱਠੇਪੁਰੀ ਦਰਸ਼ਨ ਕਰਨ। ਸੋ ਸਾਡੇ ਸੁਰਿੰਦਰਪਾਲ ਸਿੰਘ ਘੁੱਗਾ ਜੀ, ਸਾਡੇ ਰਵਿੰਦਰ ਜੀ ਪਵਾਰ ਜਿਹੜੇ ਇੰਗਲੈਂਡ ਨੇ, ਰਣਜੀਤ ਹੁਣੀ ਨੌਰਵੇ, ਅਸੀਂ ਸਾਰੇ ਇੱਥੇ ਖੇਡਦੇ ਰਹੇ ਹਾਂ, ਕੇਵਲ ਭਾਅ ਜੀ ਕਬੱਡੀ ਵੀ ਖੇਡਦੇ ਆ, ਹਾਕੀ ਵੀ ਖੇਡਦੇ ਆ। ਸੋ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ ਕਿ ਅਸੀਂ ਇਸ ਧਰਤੀ 'ਤੇ ਜਨਮ ਲਿਆ, ਔਰ ਅਸੀਂ ਸਾਡੀ ਸਾਰਿਆਂ ਦੀ ਇੱਕ ਇੱਛਾ, ਇੱਕ ਮਿਹਨਤ ਹੈ, ਕੋਸ਼ਿਸ਼ ਹੈ ਕਿ ਇਸ ਰੀਤ ਨੂੰ ਇੱਦਾਂ ਬਰਕਰਾਰ ਰੱਖੀਏ ਅਤੇ ਇੱਥੋਂ ਹੋਰ ਓਲੰਪੀਅਨ ਪੈਦਾ ਕਰੀਏ। DCP ਸਾਹਿਬ, ਤੁਸੀਂ ਜਿਵੇਂ ਗੱਲ ਕੀਤੀ ਕਿ ਤੁਹਾਡਾ ਪਿੰਡ ਜਿਹੜਾ ਮਿੱਠਾਪੁਰ ਆ ਬਹੁਤ ਉੱਚੇ ਪੱਧਰ 'ਤੇ ਨਾਮ ਹੈ, ਇੱਥੋਂ ਕਬੱਡੀ ਦੇ ਖਿਡਾਰੀ ਜਿਵੇਂ ਕਿ ਮੰਗਾ ਮਿੱਠਾਪੁਰੀ ਆ, ਮਨਪ੍ਰੀਤ ਜੀ ਹੁਣੀ ਕੈਪਟਨ ਰਹਿ ਚੁੱਕੇ ਆ, ਹਾਕੀ ਦੇ ਵੀ ਬਹੁਤ ਉੱਚੇ ਪੱਧਰ 'ਤੇ ਤੁਹਾਡੇ ਪਿੰਡ ਦਾ ਨਾਮ ਆ, ਅਤੇ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ? ਦੇਖੋ, ਮੈਂ ਜਿਵੇਂ ਪਹਿਲਾਂ ਦੱਸਿਆ ਕਿ ਸਾਡੀ ਵੱਧ ਤੋਂ ਵੱਧ ਕੋਸ਼ਿਸ਼ ਹੈ ਕਿ ਮੈਂ ਹੁਣ ਤੁਹਾਡੇ ਸਾਹਮਣੇ ਅੰਡਰ 10 ਆ ਬੱਚੇ ਸਾਡੇ ਖੇਡ ਰਹੇ, ਇੱਥੇ ਅਕੈਡਮੀ ਚੱਲ ਰਹੀ ਹੈ, ਅੰਡਰ 15 ਵੀ ਸਾਡੇ ਬੱਚੇ ਖੇਡ ਗਏ, ਸਾਡੇ ਅੰਡਰ 19 ਖੇਡ ਰਹੇ, ਓਪਨ ਵੀ ਮੈਚ ਹੈ, ਸਾਡੇ ਬੱਚੇ ਹੈਗੇ ਆ, ਔਰ ਸਾਡਾ ਸਾਰਿਆਂ ਦਾ ਅਸੀਂ ਜੋ ਵੀ ਤਿਲਫੁਲ ਹੈ ਮਿਹਨਤ ਕਰ ਰਹੇ ਹਾਂ। ਗਰਾਊਂਡ ਮੇਰੇ ਖਿਆਲ ਇੱਥੇ ਇੰਡੀਆ ਦੀ ਇਹੋ ਜਿਹੀ ਗਰਾਊਂਡ ਜਿਹੜੀ ਗਰਾਸੀ ਨਹੀਂ ਹੋਏਗੀ ਜਿਹੜੀ ਕਿ ਇੱਥੇ ਸਾਡੇ ਹੈ, ਪਰ ਅਸੀਂ ਹੁਣ ਅਸੀਂ ਸਰਕਾਰ ਨੂੰ ਵੀ ਸਾਡੇ ਸਾਰਿਆਂ ਨੂੰ ਇਹ ਜ਼ੋਰ ਹੋਏਗਾ ਵੀ ਅਸੀਂ ਰਿਕੁਐਸਟ ਕਰਾਂਗੇ ਇੱਥੇ ਇਸ ਤੋਂ ਤਰਫ ਲੱਗ ਜਾਏ ਅਤੇ ਸਾਨੂੰ ਇੱਥੇ ਹੋਰ ਰਿਜ਼ਲਟ ਚੰਗੇ ਦੇਵਾਂਗੇ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਥੈਂਕ ਯੂ ਕਰਦੇ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੇ, ਇੱਕ ਵਾਰੀ ਫਿਰ NRI ਸਪੋਰਟਸ ਚੈਨਲ ਦਾ, ਕਿ ਤੁਸੀਂ ਇਹ ਸਾਡਾ ਵੱਡਾ ਉਪਰਾਲਾ ਕੀਤਾ ਕਿ ਸਾਡੇ ਇਸ ਟੂਰਨਾਮੈਂਟ ਨੂੰ ਵਰਲਡ ਲੈਵਲ 'ਤੇ ਤੁਸੀਂ ਹਾਈਲਾਈਟ ਕੀਤਾ ਅਤੇ ਲਾਈਵ ਦਿਖਾਇਆ। ਬਹੁਤ ਬਹੁਤ ਮਿਹਰਬਾਨੀ, ਚੜ੍ਹਦੀ ਕਲਾ 'ਚ ਰੱਖੇ।